ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੁ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਿਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੇਂ ਜੱਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖ ਦੇ ਮਾਲਕ, ਜੁਗੋ ਜੁਗ ਅਟਲ, ਹਲਤ ਪਲਤ ਦੇ ਸਵਾਰਨਹਾਰ, ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਦੇ ਸਦਕਾ ਅੱਜ ਆਪਾਂ ਜਿਹੜੇ ਸ਼ਬਦ ਦੀ ਵਿਚਾਰ ਕਰਨ ਜਾ ਰਹੇ ਹਾਂ, ਇਹ ਸੋਰਠ ਦੀ ਵਾਰ ਦੀ ਚੌਥੀ ਪੌੜੀ ਆ। ਨਾਲ ਦੋ ਸਲੋਕ ਤੀਸਰੇ ਪਾਤਸ਼ਾਹ ਜੀ ਦੇ ਗੁਰੂ ਪਾਤਸ਼ਾਹ ਨੇ ਦਰਜ ਕੀਤੇ ਆ। ਅਸਲ ਵਿੱਚ ਵਾਰਾਂ ਪਹਿਲਾਂ ਪੌੜੀਆਂ ਹੀ ਸਨ, ਬਾਅਦ ਵਿੱਚ ਗੁਰੂ ਪਾਤਸ਼ਾਹ ਨੇ ਢੁਕਵੇਂ ਸਲੋਕ ਨਾਲ ਲਾਏ ਆ ਕਿ ਪੌੜੀ ਦੇ ਵਿੱਚ ਜਿਹੜਾ ਤੱਤ ਭਾਵ ਆ ਉਹ ਸਾਨੂੰ ਚੰਗੀ ਤਰ੍ਹਾਂ ਸਮਝ ਵਿੱਚ ਆ ਸਕੇ। ਸੋ ਜਿਵੇਂ ਕਿ ਗੁਰੂ ਪਾਤਸ਼ਾਹ ਹਰ ਵਾਰ ਹਰੇਕ ਸ਼ਬਦ ਵਿੱਚ ਹਮੇਸ਼ਾ ਸਾਨੂੰ ਸਿੱਖਿਆ ਦਿੰਦੇ ਆ ਵਾਹਿਗੁਰੂ ਦੇ ਮਿਲਾਪ ਦੀ। ਸਾਰੀ ਗੁਰਬਾਣੀ ਵਾਹਿਗੁਰੂ ਦੇ ਮਿਲਾਪ ਦੀ ਗੱਲ ਕਰ ਰਹੀ ਆ, ਔਰ ਸਾਨੂੰ ਗੁਰੂ ਪਾਤਸ਼ਾਹ ਸਮਝਾ ਰਿਹਾ ਕਿ ਪੁੱਤਰ ਤੂੰ ਵਾਹਿਗੁਰੂ ਹੀ ਆ, ਤੂੰ ਵਾਹਿਗੁਰੂ ਦਾ ਹੀ ਪੁੱਤਰ ਆ, ਵਾਹਿਗੁਰੂ ਆ, ਔਰ ਵਾਹਿਗੁਰੂ ਨਾਲ ਜੁੜ ਜਾ, ਵਾਹਿਗੁਰੂ ਨੂੰ ਮਿਲ ਪਾ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੈਨੂੰ ਵਾਹਿਗੁਰੂ ਨੂੰ ਮਿਲਣ ਦੀ ਇੱਕ ਵਾਰੀ ਮਿਲੀ ਆ ਇਹ ਮਨੁੱਖਾ ਸਰੀਰ, ਅਤੇ ਤੂੰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਲੈ ਕੇ ਵਾਹਿਗੁਰੂ ਨੂੰ ਮਿਲ ਜਾ। ਬਾਰ ਬਾਰ ਸਮਝਾਉਂਦੇ ਆ, ਜਿਵੇਂ ਕਿ ਪਹਿਲੀਆਂ ਕਥਾ ਜੇ ਤੁਸੀਂ ਸੁਣਿਆ ਹੋਏਗਾ, ਔਰ ਹੁਣ ਜਿਹੜਾ ਅੱਜ ਸ਼ਬਦ ਲਿਆ ਗੁਰੂ ਪਾਤਸ਼ਾਹ ਜਿੱਥੇ ਸਾਨੂੰ ਸਮਝਾਉਂਦੇ ਆ ਉੱਥੇ ਸਾਨੂੰ ਅਵੇਅਰ ਕਰਦੇ ਆ ਕਿ ਵਾਹਿਗੁਰੂ ਸਾਡੇ ਅਤੇ ਵਾਹਿਗੁਰੂ ਦੇ ਮਿਲਾਪ ਦੇ ਵਿੱਚ ਰੁਕਾਵਟ ਕੀ ਆ। ਸਭ ਤੋਂ ਵੱਡੀ ਰੁਕਾਵਟ ਆ ਮਾਇਆ। ਸਾਡੇ ਅਤੇ ਵਾਹਿਗੁਰੂ ਦੇ ਮਿਲਾਪ ਦੇ ਵਿੱਚ ਮਾਇਆ ਰੋਕਦੀ ਆ, ਬਹੁਤ ਰੋਕਦੀ ਆ। ਔਰ ਗੁਰੂ ਪਾਤਸ਼ਾਹ ਦੀ ਬਾਣੀ ਨੂੰ ਆਪਾਂ ਧਿਆਨ ਨਾਲ ਪੜ੍ਹੀਏ ਨਾ, ਅਤੇ ਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ ਬਾਣੀ ਦੇ ਵਿੱਚ ਬੜੀ ਵਾਰ ਕਿ ਸਿਰਫ ਇੱਕ ਮਾਇਆ ਆ ਜਿਹੜੀ ਤੁਹਾਡੇ ਅਤੇ ਵਾਹਿਗੁਰੂ ਦੇ ਵਿੱਚ ਰੁਕਾਵਟ ਆ, ਇਹ ਮਿਲਣੇ ਨਹੀਂ ਦਿੰਦੀ। ਇਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਆ, ਵਾਹਿਗੁਰੂ ਨੇ ਉਹਦੀ ਡਿਊਟੀ ਇਵੇਂ ਦੀ ਲਾਈ ਆ, ਪਰ ਮਿਲਣ ਨਹੀਂ ਦਿੰਦੀ। ਮਾਇਆ ਕੀ ਆ ਅਸਲ ਵਿੱਚ, ਇਹਨੂੰ ਆਪਾਂ ਥੋੜ੍ਹਾ ਜਿਹਾ ਸਮਝਾਂਗੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ, ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ। ਅਸਲ ਵਿੱਚ ਗੁਰੂ ਪਾਤਸ਼ਾਹ ਕਹਿੰਦੇ, ਪੁੱਤਰ ਜਦੋਂ ਤੂੰ ਹੱਲੇ ਮਾਂ ਦੇ ਪੇਟ ਵਿੱਚ ਸੀ ਨਾ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀਏ। ਮਨੋਂ ਕਿਉਂ ਵਿਸਾਰੀਏ, ਇਵਟ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿ ਉਹ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ, ਕਹਿ ਨਾਨਕ ਇਵਟ ਦਾਤਾ ਸੋ ਕਿਉਂ ਮਨੋਂ ਵਿਸਾਰੀਏ। ਕਹਿੰਦੇ, ਪੁੱਤਰ ਜਦੋਂ ਤੂੰ ਮਾਂ ਦੇ ਪੇਟ ਵਿੱਚ ਸੀ, ਤੇਰੀ ਵਾਹਿਗੁਰੂ ਨਾਲ ਲਿਵ ਲੱਗੀ ਹੋਈ ਸੀ, ਉੱਥੇ ਤੈਨੂੰ ਮਾਂ ਦੇ ਪੇਟ ਦੀ ਜਠਰ ਅਗਨ ਸਾੜ ਨਹੀਂ ਸਕੀ, ਉੱਥੇ ਤੂੰ ਵਾਹਿਗੁਰੂ ਨਾਲ ਜੁੜਿਆ ਹੋਇਆ ਸੀ। ਪਰ ਹੋਇਆ ਕਿ ਜਦੋਂ ਹੀ ਤੇਰਾ ਜਨਮ ਹੋਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਹੀ ਤੇਰਾ ਜਨਮ ਹੋਇਆ, ਪਰਿਵਾਰ ਨੇ ਬੜੀ ਖੁਸ਼ੀ ਮਨਾਈ, ਔਰ ਕੀ ਹੋਇਆ, ਜਿਹੜੀ ਵਾਹਿਗੁਰੂ ਨਾਲ ਲਿਵ ਲੱਗੀ ਹੋਈ ਸੀ ਉਹ ਟੁੱਟ ਗਈ ਜਨਮ ਹੁੰਦੇ ਸਾਰ ਹੀ। ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ। ਮਾਇਆ ਕਦੋਂ ਤੋਂ ਸਾਡੇ ਨਾਲ ਆ,
ਗੁਰੂ ਪਾਤਸ਼ਾਹ ਨੇ ਬੜਾ ਬੜੀ ਵਾਰ ਕਿਹਾ ਆ, ਕਹਿ ਕਬੀਰ ਜਿਸ ਉਧਰ ਤੇ ਸਮਾਇਆ, ਇਹ ਪੇਟ ਲੱਗਾ ਨਾ ਇਹ ਮਾਇਆ ਹੀ ਆ, ਇਹ ਸਰੀਰ ਮਾਇਆ ਕਾ ਪੁਤਲਾ, ਇਹ ਸਰੀਰ ਨੇ ਮਾਇਆ ਦਾ ਪੁਤਲਾ ਆ, ਪਪਟ ਆਫ ਮਨੀ ਆ, ਬਸ ਇਹ ਮਾਇਆ ਦਾ ਹੀ ਪੁਤਲਾ ਆ, ਮਾਇਆ ਹੀ ਮਾਇਆ ਕਰਦਾ ਰਹਿੰਦਾ ਆ। ਸਭ ਤੋਂ ਪਹਿਲੀ ਸਰੀਰ ਤਾਂ ਸਾਡਾ ਮਾਇਆ ਆ, ਅਸੀਂ ਮਾਇਆ ਸਿਰਫ ਨੋਟਾਂ ਨੂੰ ਸਮਝਦੇ ਹਾਂ, ਅਸੀਂ ਸਿਰਫ ਨੋਟਾਂ ਨੂੰ ਮਾਇਆ ਕਹਿੰਦੇ ਹਾਂ। ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੇ ਭਾਉ ਦੂਜਾ ਲਾਇਆ, ਉਹ ਹਰ ਚੀਜ਼ ਮਾਇਆ ਆ। ਜਿੱਥੇ ਸਾਨੂੰ ਵਾਹਿਗੁਰੂ ਭੁੱਲ ਜਾਂਦਾ ਆ, ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਆ, ਤਾਂ ਅਸੀਂ ਸਾਡਾ ਪਿਆਰ ਕਿਤੇ ਹੋਰ ਨਾਲ ਲੱਗ ਜਾਂਦਾ, ਉਹ ਚਾਹੇ ਕੁਛ ਵੀ ਹੋਏ, ਚਾਹੇ ਪਰਿਵਾਰ ਹੋਏ, ਚਾਹੇ ਬੱਚੇ ਹੋਣ, ਚਾਹੇ ਕੰਮ ਕਾਰ ਹੋਏ, ਚਾਹੇ ਜਾਇਦਾਦ ਹੋਏ, ਕੋਠੀ ਹੋਏ, ਕਾਰ ਹੋਏ, ਸਾਡਾ ਬਿਜਨਸ ਹੋਏ, ਕੋਈ ਵੀ ਚੀਜ਼, ਇੱਕ ਵਾਹਿਗੁਰੂ ਨੂੰ ਛੱਡ ਕੇ ਹੋਰ ਕੋਈ ਵੀ ਚੀਜ਼ ਆ ਨਾ ਜਿਹੜੀ, ਉਹ ਮਾਇਆ ਆ। ਜਦੋਂ ਸਾਨੂੰ ਰੱਬ ਭੁੱਲ ਜਾਂਦਾ ਆ, ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਆ, ਤਾਂ ਅਸੀਂ ਹੋਰ ਤਾਂ ਕਿਤੇ ਸਾਡਾ ਪਿਆਰ ਪੈ ਜਾਂਦਾ ਆ, ਪਿਆਰ ਵਾਹਿਗੁਰੂ ਨਾਲ ਪਾਉਣਾ ਸੀ, ਨਾਮ ਨਾਲ ਪਾਉਣਾ ਸੀ, ਅਤੇ ਪੈ ਕਿਤੇ ਹੋਰ ਗਿਆ। ਉਹਨੂੰ ਗੁਰੂ ਪਾਤਸ਼ਾਹ ਮਾਇਆ ਕਹਿੰਦੇ ਆ। ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੇ, ਮੋਹ ਪੈ ਗਿਆ ਭਾਉ ਦੂਜਾ ਲਾਇਆ, ਦੂਜਾ ਪਿਆਰ ਪੈ ਗਿਆ, ਵਾਹਿਗੁਰੂ ਦਾ ਛੁੱਟ ਗਿਆ। ਫਿਰ ਵੀ ਕਹਿੰਦੇ, ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਕਹਿੰਦੇ ਜਿਨ੍ਹਾਂ ਦੀ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਲਿਵ ਵਾਹਿਗੁਰੂ ਨਾਲ ਜੁੜ ਗਈ ਨਾ, ਲਿਵ ਤਿੰਨੀ ਵਿੱਚੇ ਮਾਇਆ ਪਾਇਆ, ਉਹਨਾਂ ਨੇ ਮਾਇਆ ਦੇ ਵਿੱਚ ਰਹਿੰਦੇ ਹੋਏ ਹੀ ਵਾਹਿਗੁਰੂ ਨੂੰ ਪਾ ਲਿਆ। ਬਸ ਉਹ ਲਿਵ ਕਿਵੇਂ ਲੱਗੇਗੀ, ਅਤੇ ਇਹ ਲਿਵ ਲਾਉਣ ਨਹੀਂ ਦਿੰਦੀ ਮਾਇਆ। ਮਾਇਆ ਕਦੇ ਨਹੀਂ ਚਾਹੁੰਦੀ ਕਿ ਤੁਸੀਂ ਵਾਹਿਗੁਰੂ ਦੇ ਚਰਨੀ ਲੱਗ ਜਾਓ, ਅੰਮ੍ਰਿਤ ਛਕ ਜਾਓ, ਸਿਮਰਨ ਕਰੋ, ਬਾਣੀ ਵਿਚਾਰੋ, ਸਿਮਰਨ ਕਰੋ, ਸੁਰਤੀ ਲਾਓ, ਲਾਉਣ ਹੀ ਨਹੀਂ ਦੇਣੀ, ਰੁਕਾਵਟ ਆ। ਜਦੋਂ ਤੁਸੀਂ ਗੁਰਦੁਆਰੇ ਜਾਣ ਦਾ ਪਲੈਨ ਬਣਾਓਗੇ, ਉਦੋਂ ਹੀ ਕੋਈ ਕੰਮ ਜਿੱਤੇ ਆਊਗਾ। ਜਦੋਂ ਸਿਮਰਨ 'ਤੇ ਬੈਠਣ ਦਾ ਪ੍ਰੋਗਰਾਮ ਬਣਿਆ ਤੁਹਾਡਾ, ਉਦੋਂ ਹੀ ਕੋਈ ਕੰਮ ਆ ਕੇ ਪਏਗਾ। ਹਮੇਸ਼ਾ ਇੱਦਾਂ ਹੀ ਹੁੰਦਾ ਆ, ਬਹਿਣ ਹੀ ਨਹੀਂ ਦਿੰਦੀ, ਟਿਕਣ ਹੀ ਨਹੀਂ ਦਿੰਦੀ। ਅਤੇ ਗੁਰੂ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਪਹਿਲੇ ਦੋ ਸਲੋਕਾਂ 'ਚ ਮਾਇਆ ਦੀ ਹੀ ਗੱਲ ਕੀਤੀ ਆ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਗੁਰੂ ਪਾਤਸ਼ਾਹ ਕਹਿੰਦੇ ਮਾਇਆ ਨਾ, ਮਾਇਆ ਦੀ ਮਮਤਾ, ਜਿਹੜੀ ਮਾਇਆ ਦੀ ਖਿੱਚ ਆ, ਮਮਤਾ ਹੁੰਦੀ ਜਿਹੜੀ ਚੀਜ਼ ਆਪਾਂ ਸੋਹਣੀ ਚੀਜ਼ ਦੇਖੀ ਨਾ ਮੇਰੀ ਹੋ ਜਾਏ, ਸੋਹਣੀ ਕੋਠੀ ਦੇਖੀ ਕਿਸੇ ਦੀ ਇਹ ਮੇਰੀ ਹੋ ਜਾਏ, ਮੇਰੀ ਵੀ ਇੱਦਾਂ ਦੀ ਕੋਠੀ ਹੋਏ, ਵਧੀਆ ਕਾਰ ਦੇਖ ਕੇ ਕੋਈ ਮੇਰੀ ਵੀ ਇੱਦਾਂ ਦੀ ਕਾਰ ਹੋਏ, ਖਿੱਚ ਆ ਅੰਦਰ ਜਿਹੜੀ। ਮਾਇਆ ਨਹੀਂ ਮਾੜੀ, ਮਾਇਆ ਦੀ ਮਮਤਾ ਜਿਹੜੀ ਉਹ ਮਾੜੀ ਆ, ਖਿੱਚ ਇਹਦੀ ਮਾੜੀ ਆ। ਮਾਇਆ ਤਾਂ ਦੇਖੋ ਹੋਣੀ ਚਾਹੀਦੀ ਆ ਗੁਰਸਿੱਖ ਦੇ ਕੋਲ, ਵਧੀਆ ਅਮੀਰ ਗੁਰਸਿੱਖ ਹੋਣਾ ਚਾਹੀਦਾ ਆ। ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਆਪਾਂ ਉਹਦੇ ਪੁੱਤਰ ਹਾਂ, ਅਸੀਂ ਰਾਜਕੁਮਾਰਾਂ ਵਰਗਾ ਸਾਡਾ ਜੀਵਨ ਹੋਣਾ ਚਾਹੀਦਾ ਆ, ਸ਼ਹਿਨ ਸ਼ਾਹ ਵਰਗਾ ਸਾਡਾ ਜੀਵਨ ਹੋਣਾ ਚਾਹੀਦਾ ਆ। ਵਧੀਆ ਰਿਹਾਇਸ਼ ਵਧੀਆ ਹੋਏ, ਖਾਣਾ ਪੀਣਾ ਵਧੀਆ ਹੋਏ, ਫਸਟ ਕਲਾਸ ਹੋਏ, ਉਹ ਮਾਇਆ ਨਹੀਂ ਆ। ਅਸੀਂ ਸਿਰਫ ਸਮਝ ਨਹੀਂ ਸਕੇ, ਠੀਕ ਸਮਝ ਨਹੀਂ ਸਕੇ, ਕਿਉਂ ਬਾਣੀ ਨਹੀਂ ਵਿਚਾਰਦੇ। ਮਾਇਆ ਉਹ ਆ ਜਿੱਥੇ ਸਾਨੂੰ ਜਦੋਂ ਕੋਠੀ ਨਾਲ ਜੁੜ ਕੇ, ਕਾਰ ਨਾਲ ਜੁੜ ਕੇ, ਜਦੋਂ ਸਾਨੂੰ ਸਿਮਰਨ ਭੁੱਲ ਜਾਂਦਾ ਨਾ, ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਆ, ਉਹ ਮਾਇਆ ਆ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਇਹ ਕਹਿੰਦੇ ਮਾਇਆ ਦੀ ਖਿੱਚ ਇੰਨੀ ਮੋਹਣੀ ਆ ਨਾ, ਇਹਨੇ ਬਗੈਰ ਦੰਦਾਂ ਤੋਂ ਹੀ ਸਾਰੀ ਦੁਨੀਆ ਨੂੰ ਖਾ ਗਈ। ਔਰ ਦੇਖੋ ਸਾਰੀ ਦੁਨੀਆ ਖਾਧੀ ਪਈ ਆ, ਹੈ ਕਿਸੇ ਨੂੰ ਰੱਬ ਚੇਤੇ ਆ? ਇਸ ਟਾਈਮ ਵਿੱਚ, ਇਸ ਯੁੱਗ ਵਿੱਚ, ਇਸ ਸਮੇਂ ਵਿੱਚ ਤੁਸੀਂ ਦੇਖੋ ਰੱਬ ਦਾ ਨਾਮ ਕੌਣ ਲੈ ਕੇ ਰਾਜੀ ਆ? ਮਾਇਆ ਮਾਇਆ, ਕੰਮ ਕਾਰ, ਬਿਜਨਸ, ਹੋਰ ਰੰਗ ਤਮਾਸ਼ੇ, ਹਰ ਬੰਦਾ, ਸਾਰੀ ਦੁਨੀਆ ਵੱਲ ਦੇਖੋ, 725 ਕਰੋੜ ਲਗਭਗ ਦੁਨੀਆ ਆ, ਹਰ ਬੰਦਾ ਕਿੱਧਰ ਨੂੰ ਜਾ ਰਿਹਾ ਆ, ਕੀ ਕਰ ਰਿਹਾ? ਸਵੇਰ ਤੋਂ ਸ਼ਾਮਾਂ ਤੱਕ, ਸ਼ਾਮਾਂ ਤੋਂ ਸਵੇਰ ਤੱਕ, ਸਾਰੀ ਲਾਈਫ ਕਿੱਥੇ ਨਿਕਲ ਜਾਂਦੀ ਆ? ਮਾਇਆ ਮਾਇਆ ਕਰਦਿਆਂ ਨਿਕਲ ਜਾਂਦੀ ਹੈ, ਅਤੇ ਕਰਨਾ ਕੀ ਸੀ ਵਾਹਿਗੁਰੂ? ਗੁਰੂ ਪਾਤਸ਼ਾਹ ਕਹਿੰਦੇ ਪੁੱਤਰ ਤੂੰ ਵਾਹਿਗੁਰੂ ਆ, ਵਾਹਿਗੁਰੂ ਦਾ ਪੁੱਤਰ ਆ, ਵਾਹਿਗੁਰੂ ਜਪਣ ਆਇਆ, ਇਹ ਤਾਂ ਵੈਸੇ ਹੀ ਤੇਰੀ ਨੌਕਰਾਣੀ ਆ। ਧੁਰ ਕੀ ਭੇਜੀ ਆਈ ਅਮਰ, ਗ੍ਰਹਿ ਪ੍ਰਗਟੇ ਤਾਂ ਹੋਈ ਜਾਹਰ। ਜੇ ਤੂੰ ਵਾਹਿਗੁਰੂ ਨਾਲ ਜੁੜ ਜਾਂਦਾ, ਤੇਰੇ ਅੰਦਰ ਵਾਹਿਗੁਰੂ ਪ੍ਰਗਟ ਹੋ ਜਾਂਦਾ, ਤੂੰ ਵਾਹਿਗੁਰੂ ਨਾਲ ਮਿਲ ਜਾਂਦਾ ਨਾ, ਫਿਰ ਤੈਨੂੰ ਸਮਝ ਆਉਣਾ ਹੈ ਤਾਂ ਧੁਰੋਂ ਹੀ ਸੱਚਖੰਡ ਤੋਂ ਹੀ ਤੇਰੀ ਨੌਕਰਾਣੀ ਬਣਾ ਕੇ ਤੇਰੇ ਨਾਲ ਭੇਜੀ ਆ, ਤੇਰੇ ਨਾਲ ਭੇਜੀ, ਤੇਰਾ ਕੰਮ ਕਰਨ ਕਰ ਕੰਮ ਕਾਰ ਕਰਨ ਵਾਸਤੇ, ਤੇਰੀ ਸੇਵਾ ਕਰਨ ਵਾਸਤੇ। ਅਮਰ ਕੀ ਹੁੰਦੀ? ਨੌਕਰਾਣੀ। ਜਿਵੇਂ ਆਪਾਂ ਘਰ 'ਚ ਨੌਕਰਾਣੀ ਰੱਖਦੇ ਨਾ, ਆਪਣਾ ਸਾਰਾ ਕੰਮ ਕਰਦੀ ਆ, ਅਤੇ ਗੁਰੂ ਪਾਤਸ਼ਾਹ ਕਹਿੰਦੇ ਪੁੱਤਰ ਇਹ ਮਾਇਆ ਵੀ ਤਾਂ ਤੇਰੀ ਨੌਕਰਾਣੀ ਆ, ਇਹ ਤੇਰੀ ਦਾਸੀ ਆ, ਅਤੇ ਦਾਸੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੇ, ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੇ। ਤੂੰ ਆਪਣੀ ਚੇਲੀ ਦੀ, ਦਾਸੀ ਦੀ ਸੇਵਾ ਕਰਦਾ ਰਹਿੰਦਾ, ਤੈਨੂੰ ਵਾਹਿਗੁਰੂ ਨਹੀਂ ਦਿਸਦਾ, ਮਾਲਕ ਨਹੀਂ ਦਿਸਦਾ। ਭੁੱਖਰ ਨੀਰ ਵਰੋਲੀਏ ਮਾਖਣ ਨਹੀਂ ਰੀਸੇ, ਪਾਣੀ ਰਿੜਕੀ ਜਾਂਦਾ ਆ। ਮਾਇਆ 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 ਕਰਦਾ ਰਹਿੰਦਾ ਨਾ, ਤੂੰ ਪਾਣੀ ਰਿੜਕ ਰਿਹਾ ਸਿਰਫ, ਅਤੇ ਪਾਣੀ ਰਿੜਕਿਆ ਮੱਖਣ ਥੋੜ੍ਹਾ ਮਿਲਣਾ ਆ, ਕੋਈ ਪਾਣੀ 'ਚੋਂ ਕੀ ਨਿਕਲਣਾ, ਕੁਛ ਵੀ ਨਹੀਂ। ਅਤੇ ਜੇ ਵਾਹਿਗੁਰੂ ਵਾਹਿਗੁਰੂ ਕਰੇ, ਵਾਹਿਗੁਰੂ ਦਾ ਨਾਮ ਜਪੇ, ਵਾਹਿਗੁਰੂ ਨਾਲ ਜੁੜ ਜਾਏ, ਅਤੇ ਕਹਿੰਦੇ ਇਹ ਤਾਂ ਧੁਰੋਂ ਹੀ ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ।
ਵਾਹਿਗੁਰੂ ਨੇ ਆਉਣ ਜਾਣ ਦੀ ਇੱਕ ਖੇਡ ਬਣਾਈ ਹੈ ਨਾ, ਤੂੰ ਇੱਥੇ ਆਇਆ ਆ ਅਤੇ ਜਾਣਾ ਆ, ਆਇਆ ਕੀ ਕਰਨਾ, ਨਾਮ ਜਪਣਾ ਆ। ਔਰ ਇਹਨੂੰ ਆਗਿਆਕਾਰੀ ਕਿੰਨੀ ਮਾਇਆ, ਤੇਰੀ ਆਗਿਆਕਾਰੀ ਆ, ਤੇਰਾ ਹੁਕਮ ਮੋੜ ਹੀ ਨਹੀਂ ਸਕਦੀ। ਜੋ ਵੀ ਹੁਕਮ ਕਹੇਗਾ ਨਾ, ਇੱਕ ਸਿਮਰਨ 'ਤੇ ਬੈਠੋ, ਸੁਰਤੀ ਤੁਹਾਡੀ ਲੱਗਦੀ ਹੋਏ, ਪ੍ਰਕਾਸ਼ ਹੁੰਦਾ ਹੋਏ, ਸਿਮਰਨ ਤੁਹਾਡਾ 24 ਘੰਟੇ ਹੋਏ, ਇੱਕ ਆਵਾਜ਼ ਮਾਰੋ ਮਾਇਆ ਲਛਮੀ, ਜੀ ਮਹਾਰਾਜ ਕਹੂਗੀ, ਤੁਹਾਨੂੰ ਜਵਾਬ ਨਹੀਂ ਦੇ ਸਕਦੀ, ਪਰ ਤੁਹਾਡਾ ਹਰ ਕੰਮ ਕਰੂਗੀ, ਤੁਹਾਨੂੰ ਮੱਥਾ ਟੇਕੂਗੀ 2 ਟਾਈਮ। ਪਰ ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ, ਅਸੀਂ ਉਹਨੂੰ ਮੱਥਾ ਟੇਕ ਰਹੇ ਹਾਂ ਉਲਟਾ, ਅਸੀਂ ਮਾਇਆ ਦੀ ਪੂਜਾ ਕਰ ਰਹੇ ਹਾਂ, ਦਿਨ ਰਾਤ ਮਾਇਆ ਮਾਇਆ ਕਰਦੇ ਰਹਿੰਦੇ, ਮਾਇਆ ਮਾਇਆ ਕਰਦੇ ਰਹਿੰਦੇ ਹਾਂ, ਮਾਇਆ 'ਚ ਹੀ ਬਿਜ਼ੀ ਰਹਿੰਦੇ ਹਾਂ। ਵਾਹਿਗੁਰੂ ਕਹਿੰਦੇ ਨਹੀਂ, ਔਰ ਕਹੀਏ ਵੀ ਕਿੱਦਾਂ, ਕਿੱਥੋਂ ਭੁੱਲੇ ਅਸੀਂ। ਗੁਰੂ ਸਾਹਿਬ ਕਹਿੰਦੇ ਜਦੋਂ ਹੀ ਜਨਮ ਹੋਇਆ ਨਾ, ਉਦੋਂ ਹੀ ਬਸ ਮਾਇਆ ਨੇ ਆਪਣਾ ਹੁਕਮ ਵਰਤਾ ਦਿੱਤਾ, ਤੇਰੀ ਲਿਵ ਜਿਹੜੀ ਜੁੜੀ ਹੋਈ ਸੀ ਵਾਹਿਗੁਰੂ ਨਾਲ ਉਹ ਟੁੱਟ ਗਈ। ਜੇ ਸਾਨੂੰ ਇਹਨਾਂ ਗੱਲਾਂ ਦੀ ਸਮਝ ਹੋਏ ਕਿ ਅਸੀਂ ਟੁੱਟੇ ਕਦੋਂ ਆ, ਮਾਇਆ ਨੇ ਤੋੜਿਆ ਕਦੋਂ। ਹੁਣ ਅਸੀਂ ਤਾਂ ਜਦੋਂ ਹੋਸ਼ ਸੰਭਾਲੀ ਜਾ ਕੇ 5-6 ਸਾਲ ਦੇ ਹੋਏ ਜਦੋਂ, ਔਰ ਉਸ ਤੋਂ ਬਾਅਦ ਪਰਿਵਾਰ ਕਿਹੜਾ ਕਿ ਬਹੁਤ ਗੁਰਮੁਖ ਹੀ ਕਿ ਸਾਰੇ ਵਾਹਿਗੁਰੂ ਨਾਲ ਜੁੜੇ ਹੋਏ ਸੀ, ਉਹ ਵੀ ਤਾਂ ਮਾਇਆ ਮਾਇਆ ਹੀ ਕਰਦੇ ਰਹਿੰਦੇ ਆ। ਬੱਚਾ 2-2.5 ਸਾਲ ਦਾ ਹੁੰਦਾ, ਆਪਾਂ ਬਸਤਾ ਪਾ ਦਿੰਦੇ ਉਹਦੇ ਮੋਢੇ 'ਤੇ, ਬੈਗ ਪਾ ਦਿੰਦੇ, ਚੱਲ ਸਕੂਲੇ, ਕਾਹਦੇ ਲਈ ਪੜ੍ਹਾਈ, ਕਾਹਦੇ ਲਈ, ਇੱਕ ਮਾਇਆ ਇਕੱਠੀ ਕਰੂਗਾ। ਉਹਨੂੰ ਸਿਖਾਇਆ ਹੀ ਇਹ ਜਾਂਦਾ ਕਿ ਬਸ ਤੂੰ ਸਭ ਤੋਂ ਵੱਡਾ ਬਿਜ਼ਨਸਮੈਨ ਬਣਨਾ ਹੈ। ਬਸ ਪੜ੍ਹਾਈ ਵੀ ਇਹੀ ਸਾਰੀ ਪੜ੍ਹਾਉਂਦੀ ਹੈ, ਮਾਇਆ ਦੀ, ਸਾਰੀ ਮਾਇਆ ਦੀ ਪੜ੍ਹਾਈ ਹੈ ਟੋਟਲੀ, ਮਾਇਆ ਕਿੱਦਾਂ ਕਮਾਉਣੀ ਹੈ। ਬੱਚਾ 20 ਸਾਲ ਸਿੱਖਦਾ ਰਹਿੰਦਾ ਹੈ ਅਤੇ ਮੁੜ ਕੇ ਬਸ ਉਹ ਕਮਾਉਣ ਲੱਗ ਜਾਂਦਾ, ਫਿਰ ਉਹ ਉਸ ਦੌੜ ਵਿੱਚ ਚਲਾ ਜਾਂਦਾ, ਵਾਹਿਗੁਰੂ ਵਾਲੀ ਤਾਂ ਗੱਲ ਹੀ ਨਹੀਂ ਕਿਤੇ ਹੁੰਦੀ, ਅਤੇ ਨਾ ਕੋਈ ਦੱਸਦਾ ਹੀ ਆ। ਅਤੇ ਗੁਰੂ ਸਾਹਿਬ ਕਹਿੰਦੇ ਮਾਇਆ ਮੋਹ ਸਭ ਛਾਰ, ਇਹ ਮਾਇਆ ਦਾ ਮੋਹ ਤਾਂ ਸਾਰਾ ਸਵਾਈ ਆ, ਕੁਛ ਵੀ ਨਹੀਂ ਆਏ, ਕੁਛ ਵੀ ਨਹੀਂ ਆ, ਐਵੇਂ ਆਪਣਾ ਟਾਈਮ ਵੇਸਟ ਕਰ ਰਿਹਾ ਆ, ਇਹਦੇ ਪਿੱਛੇ ਨਹੀਂ ਭੱਜੇਗਾ, ਤਾਂ ਇੱਕ ਪਰਛਾਵੇਂ ਵਾਂਗਾ, ਪਰਛਾਵੇਂ ਦੇ ਪਿੱਛੇ ਤੁਸੀਂ ਦੌੜੀ ਜਾਓ, ਅੱਗੇ ਅੱਗੇ ਦੌੜੀ ਜਾਊਗਾ, ਅਤੇ ਜੇ ਤੁਸੀਂ ਉਹਨੂੰ ਛੱਡ ਕੇ ਉਲਟ ਦਿਸ਼ਾ ਵਿੱਚ ਤੁਰ ਪਓ, ਤੁਹਾਡੇ ਪਿੱਛੇ ਆਊਗੀ। ਇਸੇ ਤਰ੍ਹਾਂ ਹੀ ਆ ਮਾਇਆ, ਸੇਮ ਇਸੇ ਤਰ੍ਹਾਂ ਹੀ ਆ। ਜੇ ਅਸੀਂ ਵਾਹਿਗੁਰੂ ਵੱਲ ਮੋੜਾਈਏ ਨਾ, ਅਸੀਂ ਵਾਹਿਗੁਰੂ ਵੱਲ ਤੁਰੀਏ, ਰੱਬ ਦੇ ਰਾਹ 'ਤੇ ਤੁਰੀਏ, ਨਾਮ ਜਪੀਏ, ਸੁਰਤੀ ਲਾਈਏ, ਸੇਵਾ ਕਰੀਏ। ਜਿਸ ਧਨ ਕੋ ਚਾਰ ਕੁੰਟ ਉੱਠ ਧਾਵੇਂ, ਸੋ ਧਨ ਹਰ ਸੇਵਾ 'ਤੇ ਪਾਵੇਂ। ਗੁਰੂ ਪਾਤਸ਼ਾਹ ਕਹਿੰਦੇ ਪੁੱਤਰ, ਜਿਹੜੇ ਪੈਸੇ ਦੇ ਲਈ, ਜਿਹੜੇ ਮਾਇਆ ਦੇ ਲਈ ਦਿਨ ਰਾਤ ਭਟਕਦਾ ਰਹਿੰਦਾ ਨਾ ਸਾਰੇ ਪਾਸੇ, ਉਹ ਤੂੰ ਵਾਹਿਗੁਰੂ ਦੀ ਸੇਵਾ ਵਿੱਚ ਉਵੇਂ ਪਾ ਸਕਦਾ ਆ। ਤੂੰ ਵਾਹਿਗੁਰੂ ਦੀ ਸੇਵਾ ਕਰੇ ਨਾ, ਲਿਖਿਆ ਤਾਂ ਹੈ ਗੁਰੂ ਪਾਤਸ਼ਾਹ ਨੇ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਘਰ ਕਿੱਥੇ ਆ ਸਾਨੂੰ ਇਹ ਨਹੀਂ ਪਤਾ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਨਿੱਜ ਘਰ ਕਿੱਥੇ ਆ, ਥਿਰ ਘਰ ਕਿੱਥੇ ਆ, ਸਾਨੂੰ ਪਤਾ ਨਹੀਂ ਆ। ਦਸਮ ਦੁਆਰ ਸਾਡਾ ਅੱਖਾਂ ਤੋਂ ਉੱਤੇ ਅਤੇ ਜੂੜੇ ਤੋਂ ਥੱਲੇ, ਇਹ ਥਿਰ ਘਰ ਆ ਸਾਡਾ। ਗੁਰੂ ਪਾਤਸ਼ਾਹ ਕਹਿੰਦੇ ਪੁੱਤਰ ਟਿੱਕ ਕੇ ਬੈਠ ਜਾ, ਟਿੱਕ ਕੇ ਬਹੁਤ ਸਹਿਜ, ਅੰਮ੍ਰਿਤ ਦੀ ਦਾਤ ਲੈ ਲਾ, ਨਾਮ ਦੀ ਦਾਤ ਲੈ ਲਾ, ਗੁਰੂ ਪਾਤਸ਼ਾਹ ਦੇ ਚਰਨੀ ਲੱਗ ਜਾ ਅਤੇ ਗੁਰੂ ਪਾਤਸ਼ਾਹ ਦਾ ਨਾਮ ਜਪ। ਥਿਰ ਘਰ ਬੈਸੋ ਹਰ ਜਨ ਪਿਆਰੇ, ਥਿਰ ਘਰ ਟਿੱਕ ਕੇ ਜਪ। ਇਹ ਨਹੀਂ ਕਿ ਆਪਾਂ ਆਏ ਫਟਾਫਟ ਆਏ, 5 ਮਿੰਟ ਭੱਜੇ ਭੱਜੇ ਜਾਂਦੇ, ਕੰਮ 'ਤੇ ਜਾਣ ਲੱਗੇ, ਗੁਰਦੁਆਰੇ ਦੇ ਅੱਗੇ ਗੱਡੀ ਲਾਈ, 2 ਮਿੰਟ ਭੱਜ ਕੇ ਮੱਥਾ ਟੇਕੇ, ਭੱਜ ਕੇ ਬਾਹਰ ਆ ਗਏ, ਇੱਦਾਂ ਨਹੀਂ। ਟਿੱਕ ਕੇ ਬੈਠ ਜਾ ਗੁਰੂ ਪਾਤਸ਼ਾਹ ਕੋਲ, ਥਿਰ ਘਰ ਬੈਸੋ ਹਰ ਜਨ ਪਿਆਰੇ, ਔਰ ਵਾਹਿਗੁਰੂ ਦਾ ਸਿਮਰਨ ਕਰੋ। ਸਤਿਗੁਰ ਤੁਮਰੇ ਕਾਜ ਸਵਾਰੇ, ਕੰਮ ਤੇਰੇ ਮੈਂ ਕਰ ਦੇਣਾ, ਗੁਰੂ ਪਾਤਸ਼ਾਹ ਕਹਿੰਦੇ। ਪਰ ਅਸੀਂ ਕਹਿੰਦੇ ਨਹੀਂ ਨਹੀਂ ਗੁਰੂ ਪਾਤਸ਼ਾਹ, ਕੰਮ ਤਾਂ ਅਸੀਂ ਕਰਨੇ, ਸਾਨੂੰ ਕੰਮ ਹੀ ਬੜੇ ਆ, ਸਾਡੇ ਕੋਲ ਗੁਰੂ ਪਾਤਸ਼ਾਹ ਕੋਲ ਆਉਣ ਦਾ ਹੀ ਟਾਈਮ ਨਹੀਂ ਆ। ਉਹੀ ਗੱਲ ਅਸੀਂ ਸੰਗਰਾਂਦ ਵਾਲੇ ਦਿਨ ਆਉਣਾ ਗੁਰਦੁਆਰੇ ਜਾਂ ਗੁਰਪੁਰਬ 'ਤੇ, ਸਾਡੇ ਕੋਲ ਗੁਰੂ ਵਾਸਤੇ ਟਾਈਮ ਹੀ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਪੁੱਤਰ ਕੰਮ ਤੇਰੇ ਮੈਂ ਕਰ ਦਿੰਦਾ ਆ, ਤੂੰ ਬੈਠ ਜਾ ਟਿੱਕ ਕੇ। ਔਰ ਜੇ ਤੁਸੀਂ ਪਹੁੰਚ ਗਏ ਨਾ, ਥਿਰ ਘਰ ਪਹੁੰਚ ਗਏ, ਆਪਣੇ ਨਿੱਜ ਘਰ ਪਹੁੰਚ ਗਏ, ਦਸਮ ਦੁਆਰ ਪਹੁੰਚ ਗਏ, ਦੇਖੋ ਉੱਥੇ ਵਾਹਿਗੁਰੂ ਆ, ਉੱਥੇ ਅੰਮ੍ਰਿਤ ਰਸ ਆ, ਉੱਥੇ ਵਾਹਿਗੁਰੂ ਦਾ ਨਾਮ ਆ, ਉੱਥੇ ਅੰਮ੍ਰਿਤ ਰਸ ਆ, ਉੱਥੇ ਦੁਨੀਆ ਦੇ ਸਾਰੇ ਖਜ਼ਾਨੇ, 9 ਨਿੱਧਾਂ ਅਤੇ 18 ਸਿੱਧਾਂ ਆ, ਉੱਥੇ ਬਾਦਸ਼ਾਹੀ ਆ ਤੁਹਾਡੇ ਕੋਲ, ਬਾਦਸ਼ਾਹੀ। ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾਲੇ। ਗੁਰੂ ਪਾਤਸ਼ਾਹ ਕਹਿੰਦੇ ਪੁੱਤਰ ਮੈਂ ਤਾਂ ਤੈਨੂੰ ਸ੍ਰਿਸ਼ਟੀ ਦਾ ਰਾਜ ਦੇ ਦੇਣਾ, ਸ੍ਰਿਸ਼ਟੀ ਦਾ ਰਾਜ, ਉੱਥੇ ਤੁਸੀਂ ਰਾਜੇ ਆ। ਪ੍ਰਭੂ ਕੋ ਸਿਮਰੇ ਸੇ ਸਰਬ ਕੇ ਰਾਜੇ, ਸਾਰਿਆਂ ਦੇ ਰਾਜਿਆਂ ਦੇ ਰਾਜੇ। ਪ੍ਰਭੂ ਕੋ ਸਿਮਰੇ ਸੇ ਧਨਵੰਤੇ, ਦੁਨੀਆ ਦੇ ਸਭ ਤੋਂ ਅਮੀਰ ਬੰਦੇ। ਪਰ ਸਾਨੂੰ ਉਹ ਗੱਲ ਦੀ ਸਮਝ ਨਹੀਂ ਆਉਂਦੀ, ਅਸੀਂ ਮਾਇਆ 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 ਕਰਦੇ ਰਹਿੰਦੇ। ਉਹ ਕਿਉਂ, ਮਾਇਆ ਦੀ ਖਿੱਚ ਹੀ ਐਸੀ ਆ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜੱਗ ਖਾਇਆ, ਕਹਿੰਦੇ ਤਾਂ ਸਾਰੀ ਦੁਨੀਆ ਨੂੰ ਖਾ ਗਏ ਬਗੈਰ ਦੰਦਾਂ ਤੋਂ ਹੀ। ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ, ਇਸਕੀ ਸੇਵਾ ਜੋ ਕਰੇ ਤਿਸੀ ਹੀ ਕੋ ਫਿਰ ਖਾਏ। ਇਹ ਨਾਗਣੀ ਆ ਕਹਿੰਦੇ, ਬਸ ਜਿਹੜਾ ਇਹਦੀ ਸੇਵਾ 'ਚ ਲੱਗ ਗਿਆ ਨਾ, ਉਹ ਸਾਰੀ ਦੁਨੀਆ ਲੱਗੀ ਪਈ ਆ, ਤਿਸੀ ਹੀ ਕੋ ਫਿਰ ਖਾਏ, ਤਾਂ ਖਾ ਵੀ ਜਾਂਦੀ ਆ। ਔਰ ਸਾਰੀ ਦੁਨੀਆ ਨੂੰ ਖਾਧਾ ਹੋਇਆ ਹੈ, ਕਿਸੇ ਨੂੰ ਵਾਹਿਗੁਰੂ ਚੇਤੇ, ਵਾਹਿਗੁਰੂ ਦਾ ਨਾਮ ਚੇਤੇ, ਵਾਹਿਗੁਰੂ ਦੇ ਅਸੂਲ ਚੇਤੇ, ਕੋਈ ਰਹਿਤ ਕੋਈ ਕੁਰਹਿਤ ਦੀ ਗੱਲ ਹੈ ਕਿਸੇ ਨੂੰ ਸਮਝ ਵਿੱਚ?
ਸਾਰੀ ਦੁਨੀਆ ਕੁਰੈਤ ਕਰੀ ਜਾਂਦੀ, ਉਹ ਕੁਰੈਤ ਕਰਾਉਂਦੀ ਹੈ ਸਭ ਤੋਂ ਪਹਿਲਾਂ, ਮਾਇਆ ਕਰਾਉਂਦੀ ਕਰੈਤ, ਹੋਰ ਕੀ ਕਰਾਉਂਦੀ ਹੈ, ਬਸ ਰੱਬ ਨਾਲੋਂ ਤੋੜ ਦਿੰਦੀ ਹੈ। ਸਭ ਤੋਂ ਪਹਿਲੀ ਕੁਰੈਤ ਕਰਾਊਗੀ ਸਿਰ ਦੇ ਵਾਲ ਕਟਾ ਅਤੇ ਦਾੜੀ ਅਤੇ ਵਾਲ ਕਟਾ ਅਤੇ ਚਲੋ ਵੀ ਗਿਆ, ਇਹ ਬੰਦਾ ਰੱਬ ਨਾਲ ਜੋੜ ਹੀ ਨਹੀਂ ਸਕਦਾ ਹੁਣ ਕਦੇ। ਦੂਸਰਾ ਨਸ਼ਾ ਕਰਾ ਦੋਗੀ, ਕਰੈਕਟਰਲੈਸ ਕਰ ਦੋਗੀ, ਚੱਲ ਮਿਲਣਾ ਹੁਣ ਰੱਬ ਨੂੰ, ਖਤਮ ਹੋ ਗਿਆ ਬੰਦਾ, ਖਤਮ ਕਰ ਦਿੱਤਾ ਉਹਨੂੰ, ਤਿੰਨ ਕੁਰੈਤਾਂ ਕਰਾ ਦਿੱਤੀਆਂ ਨਾ ਮਾਇਆ ਨੇ, ਬਸ ਜਿੰਨੀਆਂ ਕਰ ਲਈਆਂ ਉਹ ਬੰਦਾ ਰੱਬ ਦਾ ਨਾਮ ਨਹੀਂ ਲੈ ਸਕਦਾ, ਸੁਪਨਿਆਂ ਵਿੱਚ ਵੀ ਕਿਤੇ ਰੱਬ ਨੂੰ ਨਹੀਂ ਮਿਲ ਸਕਦਾ, ਕਦੀ ਵੀ ਨਹੀਂ। ਫਿਰ ਅਗਿਆਨਤਾ ਦੀਆਂ ਨਿਕਲਵਾ ਦਿੰਦੀ ਹੈ, ਦਿਸਦਾ ਹੀ ਉਲਟਾ ਸਭ ਕੁਛ, ਠੀਕ ਦਿਸਦਾ ਹੀ ਕੁਛ ਨਹੀਂ, ਜੋ ਸੱਚ ਆ ਉਹ ਝੂਠ ਦਿਸਦਾ ਆ, ਜੋ ਝੂਠ ਆ ਉਹ ਸੱਚ ਦਿਸਦਾ ਆ। ਹੁਣ ਗੁਰੂ ਪਾਤਸ਼ਾਹ ਕਹਿੰਦੇ ਦੁਨੀਆ ਇਹ ਰੰਗ ਤਮਾਸ਼ੇ ਚਾਰ ਦਿਨਾਂ ਦੀ ਖੇਡ ਆ, ਕੱਚਾ ਰੰਗ ਕੁਸੁੰਬ ਕਾ ਥੋੜ੍ਹਿਆਂ ਦਿਨ ਚਾਰ ਜੀਓ, ਇਹ ਚਾਰ ਦਿਨਾਂ ਦਾ ਕੱਚਾ ਰੰਗ ਆ, ਪਰ ਕਿੱਥੇ ਦਿਸਦਾ ਕੱਚਾ ਰੰਗ, ਇਹ ਸਾਨੂੰ ਅਸਲੀਅਤ ਦਿਸਦਾ ਆ, ਸਾਨੂੰ ਅਸਲੀ ਦਿਸਦਾ ਆ, ਇਹਨਾਂ ਰੰਗਾਂ ਤਮਾਸ਼ਿਆਂ 'ਚ ਦੁਨੀਆ ਮਸਤ ਆ, ਸੱਚੀ ਦੇ ਲੱਗਦੇ ਆ, ਅਤੇ ਵਾਹਿਗੁਰੂ ਸੱਚਾ ਆ ਉਹ ਦਿਸਦਾ ਹੀ ਨਹੀਂ, ਦੁਨੀਆ ਕਹਿੰਦੀ ਕਿੱਥੇ ਰੱਬ ਆ, ਕਿਹੜਾ ਰੱਬ ਆ, ਕਹਿੰਦੇ ਕਿੱਥੇ ਰੱਬ ਆ। ਮਤਲਬ ਦੇਖੋ, ਬੰਦਾ ਵਾਹਿਗੁਰੂ ਹੁੰਦਾ ਹੋਇਆ, ਜੀਵ ਵਾਹਿਗੁਰੂ ਯਾ ਸਭ ਮੈਂ ਜੋਤ, ਜੋਤ ਹੈ ਸੋਏ ਘੱਟ ਘੱਟ ਮੈਂ ਹਰ ਜੂ ਵਸੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਪਛਾਣ ਕਿਦਾਂ ਦੇਖ ਆਪਣੇ ਆਪ ਨੂੰ, ਤੂੰ ਵਾਹਿਗੁਰੂ ਆ। ਔਰ ਵਾਹਿਗੁਰੂ ਹੁੰਦਾ ਹੋਇਆ ਬੰਦਾ ਕਹਿ ਰਿਹਾ ਕਿਹੜਾ ਵਾਹਿਗੁਰੂ, ਕਿਹੜਾ ਰੱਬ, ਕੋਈ ਰੱਬ ਨਹੀਂ ਹੈਗਾ। ਦੇਖੋ ਇੰਨਾ ਪਾਗਲ ਬਣਾ ਦਿੰਦੀ ਬੰਦੇ ਨੂੰ ਮਾਇਆ, ਇੰਨਾ ਪਾਗਲ ਕਰ ਦਿੰਦੀ ਆ ਕਿ ਬੰਦਾ ਕਹਿੰਦਾ ਕਿਹੜਾ ਰੱਬ। ਮਿਲ ਮਾਇਆ ਸੁਰਤ ਗਵਾਈ, ਸੁਰਤੀ ਗਵਾ ਜਾਂਦੀ ਉਹਦੀ, ਸੁਰਤ ਤਾਂ ਟੁੱਟ ਗਈ, ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਤ੍ਰਿਸ਼ਨਾ ਮਾਇਆ ਦੇ, ਮਾਇਆ ਮਾਇਆ, ਬਸ ਮਾਇਆ ਹੋਰ ਇਕੱਠੀ ਕਰ ਲਾਂ, ਹੋਰ ਇਕੱਠੀ ਕਰ ਲਾਂ। ਉਹ ਮਾਇਆ ਦੀ ਭੁੱਖ ਅੰਦਰ ਐਸੀ ਵੜਦੀ ਆ ਕਿ ਸਾਰੀ ਉਮਰ ਬੁੱਝਦੀ ਨਹੀਂ, ਅਤੇ ਬੰਦਾ ਸਾਰੀ ਉਮਰ ਆਪਣੀ ਵੇਸਟ ਕਰਕੇ ਗਵਾ ਕੇ ਖਾਲੀ ਹੱਥੇ ਤੋਂ ਚਲਾ ਜਾਂਦਾ ਆ। ਅਤੇ ਗੁਰੂ ਸਾਹਿਬ ਪਹਿਲਾਂ ਸਮਝਾ ਰਹੇ ਆ, ਮਨਮੁੱਖ ਖਾਧੇ ਗੁਰਮੁਖ ਉੱਭਰੇ, ਪਰ ਗੁਰੂ ਪਾਤਸ਼ਾਹ ਕਹਿੰਦੇ ਮਨਮੁੱਖ ਖਾਧੇ ਜਾਂਦੇ, ਮਨਮੁੱਖ ਮਨ ਦੇ ਪਿੱਛੇ ਚੱਲਣ ਵਾਲੇ, ਜਿਹੜੇ ਆਪਣੇ ਮਨ ਦੇ ਹਿਸਾਬ ਨਾਲ ਚੱਲਦੇ ਨਾ, ਜਦੋਂ ਆਪਾਂ ਕਹਿੰਦੇ ਹਾਂ ਕਈ ਵਾਰੀ ਕਹਿੰਦੇ ਹਾਂ ਨਾ ਭਾਈ ਸਾਹਿਬ ਅੰਮ੍ਰਿਤ ਛਕ ਲਓ, ਉਹ ਨਹੀਂ ਹੱਲੇ ਨਾ, ਮੇਰਾ ਮਨ ਨਹੀਂ ਕਰਦਾ, ਮਨ ਜਿਹੜੇ ਮਨ ਦੇ ਪਿੱਛੇ ਚੱਲਦੇ ਆ ਨਾ ਉਹ ਖਾਧੇ ਜਾਂਦੇ, ਕਿਉਂ, ਨਾਥ ਕਛੂ ਨਾ ਜਾਣੋ ਮਨ ਮਾਇਆ ਕੇ ਹੱਥ ਵਿਕਾਨੂ, ਮਨ ਤਾਂ ਮਾਇਆ ਦੇ ਹੱਥੀਂ ਵਿਕਿਆ ਹੋਇਆ ਪਹਿਲਾਂ ਹੀ, ਮਨ ਮਾਇਆ ਸਰੀਰ ਅਤੇ ਵਿਕਾਰ ਇਹ ਚੰਡਾਲ ਚੌਂਕੜੀ ਆ, ਜੀਵ ਨੂੰ ਕਿਸੇ ਪਾਸੇ ਲੱਗਣ ਹੀ ਨਹੀਂ ਦਿੰਦੀ, ਤੁਹਾਨੂੰ ਇਹਨੇ ਵਾਹਿਗੁਰੂ ਨਾਲ ਜੁੜਨ ਹੀ ਨਹੀਂ ਦੇਣਾ ਇਸ ਚੰਡਾਲ ਚੌਂਕੜੀ ਨੇ, ਇਹ ਚਾਰੇ ਦੋਸਤ ਆਪਸ ਵਿੱਚ ਬਹੁਤ, ਅਤੇ ਮਨ ਮਾਇਆ ਨਾਲ ਮਿਲਿਆ ਹੋਇਆ ਆ ਔਰ ਐਸ਼ ਕਰ ਰਿਹਾ ਆ, ਸਰੀਰ ਦਾ ਰਾਜਾ ਆ ਮਨ, ਮਵਾਸੀ ਰਾਜਾ, ਸਰੀਰ ਦਾ ਰਾਜ ਉਹਦੇ ਕੋਲ ਆ, ਆਤਮਾ ਦੇ ਵਿਚਾਰੀ ਅੰਦਰ ਬੰਨੀ ਹੋਈ ਆ, ਉਹਨੂੰ ਤਾਂ ਉਹਦੀ ਤਾਂ ਕਿਸੇ ਨੂੰ ਸੋਝ ਹੀ ਨਹੀਂ, ਸਮਝ ਹੀ ਨਹੀਂ, ਉਹ ਤਾਂ ਸੁੱਤੀ ਪਈ ਆ, ਉਹ ਤਾਂ ਜਾਗਰਤ ਹੀ ਨਹੀਂ ਕੀਤੀ ਅੰਮ੍ਰਿਤ ਦੀ ਦਾਤ ਦਵਾ ਕੇ ਅਸੀਂ, ਅਤੇ ਬਸ ਇਸੇ ਕਰਕੇ ਫਿਰ ਉਹ ਜਿਹੜਾ ਮਨ ਆ ਉਹ ਵਿਕਿਆ ਹੋਇਆ, ਅਤੇ ਮਨਮੁੱਖ ਖਾਧੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਆ, ਮਨ ਕੋਲੋਂ ਸਲਾਹ ਲੈ ਕੇ ਚੱਲਦੇ ਉਹ ਤਾਂ ਖਾ ਜਾਂਦੀ ਹੈ, ਖਾਂਦੀ ਮਨਮੁੱਖਾਂ ਨੂੰ ਹੀ ਆ, ਮਨਮੁੱਖਾਂ ਨੂੰ ਗਈ ਖਾਏ, ਮਨਮੁੱਖ ਖਾਧੇ ਗੁਰਮੁੱਖ ਉੱਭਰੇ, ਜਿਹੜੇ ਗੁਰਮੁੱਖ ਗੁਰੂ ਵਾਲੇ ਬਣ ਜਾਂਦੇ ਆ, ਅੰਮ੍ਰਿਤਧਾਰੀ ਹੋ ਜਾਂਦੇ ਆ, ਗੁਰੂ ਦੀ ਮੱਤ 'ਤੇ ਚੱਲਦੇ ਆ, ਗੁਰੂ ਕੋਲੋਂ ਸਿੱਖਿਆ ਲੈ ਕੇ ਉਹਦੇ ਉੱਪਰ ਤੁਰਦੇ ਆ, ਗੁਰਮੁੱਖ ਗੁਰੂ ਨਾਨਕ ਵਰਗੇ ਉੱਭਰੇ ਬਚ ਗਏ, ਉਹ ਬਚ ਜਾਂਦੇ, ਉਹਨਾਂ ਨੂੰ ਨਹੀਂ ਖਾ ਸਕਦੀ, ਨਹੀਂ। ਜਿੰਨੀ ਸੱਚ ਨਾਮ ਚਿੱਤ ਲਾਇਆ, ਜਿਨ੍ਹਾਂ ਨੇ ਵਾਹਿਗੁਰੂ ਦੇ ਸੱਚੇ ਨਾਮ ਨਾਲ ਆਪਣਾ ਚਿੱਤ ਜੋੜ ਲਿਆ, ਚਿੱਤ ਵਾਹਿਗੁਰੂ 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 ਕਰਦਿਆਂ ਕਰਦਿਆਂ ਚਿੱਤ ਵਾਹਿਗੁਰੂ ਨਾਲ ਜੁੜ ਗਿਆ ਨਾ, ਉਹ ਬਚ ਜਾਂਦੇ ਆ। ਬਿਨ ਨਾਵੇਂ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ, ਕਹਿੰਦੇ ਨਾਮ ਤੋਂ ਬਗੈਰ ਸਾਰੀ ਦੁਨੀਆ ਪਾਗਲ ਆ, ਸਾਰੀ ਦੁਨੀਆ ਜਗ ਕਮਲਾ ਫਿਰ, ਇੱਕ ਦਿਨ ਥੋੜ੍ਹਾ ਕਿਹਾ ਗੁਰੂ ਪਾਤਸ਼ਾਹ ਨੇ। ਹੁਣ ਦੇਖੋ ਜੇ ਜੱਗ ਵੱਲ ਦੇਖੀਏ, ਦੁਨੀਆ ਵੱਲ ਦੇਖੀਏ, ਤਾਂ ਦੁਨੀਆ ਨਾਮ ਜਪਣ ਵਾਲਿਆਂ ਨੂੰ ਪਾਗਲ ਕਹਿੰਦੀ ਹੈ। ਜਦੋਂ ਤੁਸੀਂ ਜਪਣਾ ਸ਼ੁਰੂ ਕਰੋਗੇ ਨਾ, ਪਹਿਲੀ ਗੱਲ ਅੰਮ੍ਰਿਤ ਛਕਿਆ, ਤੁਹਾਨੂੰ ਲੋਕਾਂ ਨੂੰ ਪਤਾ ਬਣ ਗਿਆ ਗਿਆਨੀ, ਬਾਬਾ ਬਣ ਗਿਆ ਹੀ, ਉਲਟਾ ਬੋਲਣਾ ਤੁਹਾਡੇ ਉੱਤੇ। ਫਿਰ ਜੇ ਤੁਸੀਂ ਸਿਮਰਨ ਕਰਨ ਲੱਗ ਪਏ, ਗੁਰਦੁਆਰੇ ਜਾ ਕੇ ਵਾਹਿਗੁਰੂ ਕਰਨ ਲੱਗ ਪਓ, ਤੁਹਾਨੂੰ ਕਹਿਣਾ ਵਿਹਲੜਾ, ਇਹਨੂੰ ਕੋਈ ਕੰਮ ਨਹੀਂ ਹੈਗਾ, ਸਾਰਾ ਪਰਿਵਾਰ ਤੁਹਾਡੇ 'ਤੇ ਤੰਗ, ਰਿਸ਼ਤੇਦਾਰ ਤੁਹਾਡੇ 'ਤੇ ਤੰਗ, ਸਾਰੀ ਦੁਨੀਆ ਸਾਰਿਆਂ 'ਚ ਬੋਲੂਗੀ ਮਾਇਆ, ਉਹ ਤੁਹਾਡੇ 'ਤੇ ਕਮੈਂਟ ਕਰੂਗੀ। ਅਤੇ ਇਹ ਬਿਨ ਨਾਵੇਂ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ, ਪਰ ਜਦੋਂ ਤੁਸੀਂ ਅੰਮ੍ਰਿਤਧਾਰੀ ਹੋ ਗਏ, ਗੁਰੂ ਸਾਹਿਬ ਦੇ ਚਰਨੀ ਲੱਗ ਗਏ, ਸਿਮਰਨ ਕਰਦੇ ਗਏ ਕਰਦੇ ਗਏ ਕਰਦੇ ਗਏ, ਅਤੇ ਤੁਹਾਨੂੰ ਥੋੜ੍ਹੀ ਜਿਹੀ ਹੋਸ਼ ਆਈ ਨਾ, ਜਦੋਂ ਸੁਰਤੀ ਲੱਗਣੀ ਸ਼ੁਰੂ ਹੋ ਗਈ, ਮਾੜੀ ਇੱਕ ਮਿੰਟ ਵੀ ਤੁਹਾਡੀ ਸੁਰਤੀ ਲੱਗ ਜਾਏ ਨਾ, ਤਾਂ ਤੁਹਾਨੂੰ ਸਾਰੀ ਖੇਡ ਸਮਝ ਵਿੱਚ ਆ ਜਾਊਗੀ ਕਿ ਮਾਇਆ ਕੀ ਆ, ਇਹਨੇ ਕਿਵੇਂ ਪਾਗਲ ਬਣਾਈ ਛੱਡਿਆ। ਫਿਰ ਬੰਦਾ ਸਮਝਦਾ, ਓਹੋ ਮੈਂ ਇੰਨੀ ਦੇਰ ਪਾਗਲ ਹੀ ਬਣਿਆ ਰਿਹਾ, ਅਤੇ ਮੈਂ ਪਹਿਲਾਂ ਕਿਉਂ ਨਹੀਂ ਵਾਹਿਗੁਰੂ ਕਰ ਲਿਆ, ਪਹਿਲਾਂ ਕਿਉਂ ਨਹੀਂ ਨਾਮ ਜਪਿਆ, ਪਹਿਲਾਂ ਕਿਉਂ ਨਹੀਂ ਗੁਰੂ ਸਾਹਿਬ ਦੇ ਚਰਨੀ ਲੱਗਾ, ਗੁਰੂ ਸਾਹਿਬ ਦਾ ਪੁੱਤਰ ਕਿਉਂ ਨਹੀਂ ਬਣਿਆ, ਮੈਂ ਆਪਣੇ ਸਾਰੀ ਲਾਈਫ ਵੇਸਟ ਹੀ ਗਵਾ ਰਿਹਾ ਸੀ, ਕਿੱਥੇ ਵੇਸਟ ਗਵਾ ਰਿਹਾ ਸੀ, ਐਵੇਂ ਬੇਕਾਰ ਹੀ। ਫਿਰ ਉਹਨੂੰ ਸਮਝ ਆਉਂਦੀ ਹੈ, ਫਿਰ ਉਹਨੂੰ
ਗੁਰਮੁਖ ਨਜ਼ਰੀ ਆਇਆ, ਗੁਰਮੁਖ ਹੋ ਕੇ ਉਹਨੂੰ ਇਹ ਗੱਲ ਦਿਸਦੀ ਆ ਕਿ ਬਿਨ ਨਾਵੇਂ ਜਗ ਕਮਲਾ ਫਿਰੇ, ਨਾਮ ਜਪਣ ਤੋਂ ਬਗੈਰ, ਨਾਮ ਨਾਲ ਜੁੜਨ ਤੋਂ ਬਗੈਰ ਸਾਰੀ ਦੁਨੀਆ ਪਾਗਲ ਆ। ਕਿਉਂ ਪਾਗਲ ਆ? ਕਿ ਆਪਣਾ ਜਨਮ ਵੇਸਟ ਗਵਾ ਰਹੇ ਆ। ਵਾਹਿਗੁਰੂ ਹੁੰਦੇ ਹੋਏ ਸ੍ਰਿਸ਼ਟੀ ਦੇ ਰਾਜੇ ਆ, ਉਹ ਬਾਦਸ਼ਾਹ ਆ, ਬਾਦਸ਼ਾਹ ਹੁੰਦੇ ਹੋਏ ਭਿਖਾਰੀ ਬਣੇ ਪਏ ਆ, ਫਿਰ ਚੰਗਾ ਕੰਮ ਥੋੜ੍ਹਾ ਕਰਦੇ ਆ। ਇਹ ਬਸ ਹੈ, ਮਹਾਂ ਝੂਠੀ ਆ, ਮਹਾਂ ਨਿਕੰਮੀ ਆ, ਅਤੇ ਉਹ ਜੀਵਨ ਬਸ ਭਟਕਾ ਕੇ ਨਾ ਇੱਕ ਵਾਰੀ ਅਤੇ ਬਸ ਤੋੜ ਦਿੰਦੀ। ਔਰ ਫਿਰ ਦੇਖੋ ਨਾ, ਆਪਾਂ ਇਹ ਨਹੀਂ ਕਹਿੰਦੇ ਕਿ ਜਿਹਦੇ ਕੋਲ ਬਹੁਤ ਅਰਬਾਂ ਰੁਪਈਆ ਉਹੀ ਮਾਇਆਧਾਰੀ, ਨਹੀਂ। ਜਿਹੜਾ ਕੰਗਾਲ ਆ ਨਾ, ਜਿਹਦੇ ਕੋਲ ਖਾਣ ਜੋਗੀ ਰੋਟੀ ਵੀ ਨਹੀਂ ਆ, ਉਹ ਵੀ ਮਾਇਆ 'ਚ ਫਸਿਆ ਹੋਇਆ ਹੈ, ਉਹਨੂੰ ਵੀ ਤੰਗ ਕਰ ਰਹੀ ਆ ਇਹ ਦੁੱਖ ਸੁੱਖ, ਇਹ ਤ੍ਰਿਸ਼ਨਾ, ਈਰਖਾ, ਸਾੜਾ, ਵਿਤਕਰਾ, ਮੇਰ ਤੇਰ, ਬਿਮਾਰੀਆਂ, ਝੋਰੇ, ਘਾਟੇ, ਇਹ ਸਭ ਮਾਇਆ ਹੀ ਆ। ਇਹ ਸਭ ਮਾਇਆ ਦੇ ਹੀ ਰੂਪ ਆ, ਵੱਖ ਵੱਖ ਰੂਪ ਆ ਉਹਦੇ, ਔਰ ਵੱਖ ਵੱਖ ਤਰ੍ਹਾਂ ਤੰਗ ਕਰ ਰਹੀ ਹੈ ਸਭ ਨੂੰ, ਸਭ ਨੂੰ ਪਰੇਸ਼ਾਨ ਕੀਤਾ ਹੋਇਆ, ਸਾਰੀ ਦੁਨੀਆ ਨੂੰ, ਸਾਰੀ ਦੁਨੀਆ ਨੂੰ ਖਾਧਾ ਹੋਇਆ ਆ। ਉਹ ਰੱਬ ਨਾਲ ਜੁੜਨ ਹੀ ਨਹੀਂ ਦਿੰਦੀ। ਕੋਈ ਗਰੀਬੀ ਕਰਕੇ ਵਾਹਿਗੁਰੂ ਨਾਲ ਨਹੀਂ ਜੁੜ ਸਕਦਾ, ਕੋਈ ਅਮੀਰੀ ਕਰਕੇ ਨਹੀਂ ਜੁੜ ਸਕਦਾ, ਕੋਈ ਦੁਖੀ ਇੰਨਾ ਵਿਚਾਰਾ, ਹੁਣ ਬੰਦਾ ਹਸਪਤਾਲ 'ਚ ਪਿਆ ਹੋਏ, ਚੀਕਾਂ ਮਾਰ ਰਿਹਾ ਹੋਏ, ਅਤੇ ਉਹਨੂੰ ਕਿੱਥੇ ਰੱਬ ਚੇਤੇ ਆਏਗਾ? ਅਤੇ ਕੋਈ ਸੁਖੀ ਇੰਨਾ, ਉਹ ਇੰਨੀ ਐਸ਼ ਕਰ ਰਿਹਾ, ਉਹ ਕਹਿੰਦਾ ਮੈਂ ਤਾਂ ਖਾ ਪੀ ਰਿਹਾ, ਐਸ਼ ਕਰ ਰਿਹਾ, ਗੱਡੀਆਂ ਘੁੰਮਣ ਨੂੰ ਆ, ਸ਼ਰਾਬਾਂ ਪੀਣ ਨੂੰ ਆ। ਉਹ ਵਾਹਿਗੁਰੂ ਨੂੰ ਭੁੱਲਿਆ ਹੋਇਆ ਆ, ਉਹਨੂੰ ਭੁਲਾਇਆ ਹੋਇਆ ਆ, ਭੁਲਾਇਆ ਸਭ ਨੂੰ ਆ। ਬਿਨ ਨਾਵੇਂ ਜਗ ਕਮਲਾ ਫਿਰੇ, ਸਭ ਨੂੰ ਪਾਗਲ ਕੀਤਾ ਹੋਇਆ ਨਾਮ ਤੋਂ ਬਗੈਰ। ਅਗਿਆਨਤਾ ਦੀ ਐਨਕ ਦਿਸਦਾ ਹੀ ਠੀਕ ਨਹੀਂ ਦਿਸਦਾ, ਬੰਦਾ ਬੋਲਦਾ ਹੀ ਠੀਕ ਨਹੀਂ ਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਘਚੋਲਾ। ਮਾਇਆ ਧਾਰੀ ਹੋ ਗਿਆ ਨਾ ਬੰਦਾ, ਜਿਹੜਾ ਜਿਹੜਾ ਮਾਇਆ ਦੇ ਕਾਬੂ 'ਚ ਆ ਗਿਆ, ਬਸ ਉਹ ਅੰਨਾ ਅਤੇ ਬੋਲਾ ਹੋ ਜਾਂਦਾ। ਕਿਵੇਂ? ਉਹ ਗੁਰੂ ਸਾਹਿਬ ਦੀ ਗੱਲ ਉਹਨੂੰ ਸਮਝ ਹੀ ਨਹੀਂ ਆਉਂਦੀ, ਰੱਬ ਦੀ ਗੱਲ ਨਹੀਂ ਉਹਨੂੰ ਸਮਝ ਆਉਂਦੀ, ਸ਼ਬਦ ਨਾ ਸੁਣੀ ਉਹਨੂੰ, ਬਾਣੀ ਸਮਝ ਨਹੀਂ ਆਉਣੀ। ਉਹ ਬੇਸ਼ੱਕ ਭਾਵੇਂ ਪਾਠ ਸੁਣਦਾ ਵੀ ਹੋਇਆ ਨਾ ਕਿਤੇ 5 ਮਿੰਟ ਜਾ ਕੇ, ਉਹਨੂੰ ਸਮਝ ਨਹੀਂ ਆਉਂਦੀ ਕਿ ਸ਼ਬਦ ਕੀ ਕਹਿ ਰਿਹਾ। ਨਾ ਉਹਨੂੰ ਵਾਹਿਗੁਰੂ ਜਪੂਗਾ, ਨਾ ਉਹ ਬਾਣੀ ਵਿਚਾਰੂਗਾ, ਨਾ ਉਹਨੂੰ ਬਾਣੀ ਦੇ ਵਿਚਾਰ ਸਮਝ ਆਉਣੀ, ਰੱਬ ਦੀ ਕੋਈ ਗੱਲ ਉਹਦੇ ਅੰਦਰ ਨਹੀਂ ਜਾਣੀ। ਬਸ ਉਹ ਮਾਇਆ 'ਤੇ ਹੀ ਖੜਾ ਰਹਿੰਦਾ, ਮਾਇਆ 'ਤੇ ਹੀ ਖੜਾ ਰਹਿੰਦਾ। ਅੰਨਾ ਉਹਨੂੰ ਵਾਹਿਗੁਰੂ ਦਿਸਦਾ ਹੀ ਨਹੀਂ, ਉਹਨੂੰ ਬਸ ਇਹ ਮਾਇਆ ਹੀ ਦਿਸਦੀ ਆ, ਉਹਨੂੰ ਇਹ ਦੁਨੀਆ, ਇਹ ਪਦਾਰਥ, ਇਹ ਮਾਇਆ ਇਹੀ ਦਿਸਦੇ, ਵਾਹਿਗੁਰੂ ਨਹੀਂ ਦਿਸਦਾ ਉਹਨੂੰ, ਨਹੀਂ। ਔਰ ਉਹ ਦਿਸਣਾ ਵੀ ਨਹੀਂ, ਗੁਰੂ ਪਾਤਸ਼ਾਹ ਕਹਿੰਦੇ ਉਹ ਨਹੀਂ ਦਿਸਦਾ। ਸਾਹਨ ਸੱਤ ਕਰੇ ਜੀ ਆਪਣੇ, ਸੋਰਮਈਏ ਕੋ ਮਿਲੇ ਨਾ ਸੁਪਨੇ। ਜਿਹਨੇ ਮਾਇਆ ਨੂੰ ਸੱਤ ਸਮਝਿਆ ਹੋਇਆ ਨਾ ਆਪਣੇ ਮਨ 'ਚ, ਜਿਵੇਂ ਅਸੀਂ ਸੱਤ ਸਮਝਿਆ ਹੋਇਆ, ਬਸ ਤੁਹਾਨੂੰ ਲੱਗਦਾ ਸਾਡੇ ਕੰਮ ਧੰਦੇ ਬਿਜਨਸ ਪੈਸਾ ਕੋਠੀਆਂ ਕਰਾਂ ਇਹੀ ਸੱਚ ਆ, ਬਸ ਇੰਨੀ ਕੁ ਲਾਈਫ ਆ। ਸੱਚ ਸਮਝਿਆ ਹੋਇਆ ਅਸੀਂ ਮਾਇਆ ਨੂੰ, ਅਤੇ ਵਾਹਿਗੁਰੂ ਨੂੰ ਅਸੀਂ ਐਵੇਂ ਸਮਝਦੇ ਹਾਂ ਕਿ ਵਾਹਿਗੁਰੂ ਥੋੜ੍ਹਾ ਕਿਤੇ ਹੈਗਾ ਆ, ਵਾਹਿਗੁਰੂ ਨੂੰ ਤਾਂ ਅਸੀਂ ਝੂਠਾ ਜਿਹਾ ਸਮਝਦੇ ਹਾਂ, ਅਤੇ ਮਾਇਆ ਨੂੰ ਸੱਚਾ ਸਮਝਦੇ ਹਾਂ। ਅਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਇੱਦਾਂ ਮਾਇਆ ਨੂੰ ਸੱਤ ਸਮਝਦਾ ਹੈ ਨਾ, ਸੋਰਮਈਏ ਕੋ ਮਿਲੇ ਨਾ ਸੁਪਨੇ, ਉਹ ਸੁਪਨੇ ਵਿੱਚ ਵਾਹਿਗੁਰੂ ਨੂੰ ਨਹੀਂ ਮਿਲ ਸਕਦਾ ਕਦੇ, ਡਾਇਰੈਕਟ ਉਹਨੇ ਕੀ ਮਿਲ ਲੈਣਾ, ਪ੍ਰਤੱਖ ਉਹਨੇ ਕੀ ਮਿਲਣਾ, ਮਿਲ ਹੀ ਨਹੀਂ ਸਕਦਾ ਉਹ ਕਦੇ ਵੀ। ਅਤੇ ਦੂਸਰੇ ਪਾਸੇ ਗੁਰੂ ਪਾਤਸ਼ਾਹ ਕਹਿੰਦੇ ਗੁਰਮੁਖ ਉਭਰੇ, ਜੇ ਗੁਰੂ ਵਾਲੇ ਬਣ ਜਾਈਏ, ਜੇ ਗੁਰੂ ਸਾਹਿਬ ਦੇ ਚਰਨੀ ਲੱਗ ਜਾਈਏ, ਤਾਂ ਫਿਰ ਗੁਰੂ ਪਾਤਸ਼ਾਹ ਬਚਾ ਲੈਂਦੇ ਆ। ਗੁਰਮੁਖ ਉਭਰੇ ਉਹ ਬਚ ਜਾਂਦੇ ਆ, ਜਿਨੀ ਸੱਚ ਨਾਮ ਚਿੱਤ ਲਾਇਆ, ਬਿਨ ਨਾਵੇਂ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਅਤੇ ਨਾਮ ਤੋਂ ਬਗੈਰ ਤਾਂ ਸਾਰੀ ਦੁਨੀਆ ਪਾਗਲ ਆ, ਪਾਗਲਾਂ ਵਾਂਗੂ ਭਟਕ ਰਹੇ ਆ ਸਾਰੇ, ਮਾਇਆ ਮਾਇਆ ਕਰਦੇ ਰਹਿੰਦੇ ਆ, ਮਾਇਆ ਦੇ ਪਿੱਛੇ ਆਪਣਾ ਜਨਮ ਵੇਸਟ ਕਰ ਰਹੇ ਆ। ਧੰਦਾ ਕਰ ਧਿਆਨ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਧੰਦਾ ਹੀ ਕਰਦੇ ਰਹਿੰਦੇ ਕਹਿੰਦੇ ਸਾਰਾ ਦਿਨ, ਧੰਦਾ ਹੀ ਪਿੱਟਦੇ ਰਹਿੰਦੇ ਆ, ਤੁਸੀਂ ਧੰਦਾ ਪਿੱਟੋ ਭਾਈਓ ਸਭ ਨਾ ਇਹੋ ਪਿਆਣਾ। ਇੱਥੇ ਧੰਦਾ ਕੂੜਾ ਚਾਰ ਦਿਹਾਂ, ਅੱਗੇ ਸਰ ਪਰ ਜਾਣਾ, ਅੱਗੇ ਸਰ ਪਰ ਜਾਣਾ, ਜਿਉਂ ਮਹਿਮਾਣਾ ਕਾਹੇ ਗਰਬ ਕੀਜੇ। ਕਾਹਦੇ ਲਈ? ਗੁਰੂ ਪਾਤਸ਼ਾਹ ਕਹਿੰਦੇ ਧੰਦੇ ਹੀ ਪਿੱਟਦੇ ਰਹਿੰਦੇ ਸਾਰਿਆ ਦਿਨ, ਠੀਕ ਆ। ਕਿਰਤ ਕਰਨੀ ਇੱਕ ਹੋਰ ਗੱਲ ਆ, ਕਿਰਤ ਕਰਨੂ ਗੁਰੂ ਸਾਹਿਬ ਨੇ ਕਿਹਾ, ਅਤੇ ਉਹ ਇੱਕ ਹੋਰ ਪੱਖ ਆ। ਕਿਰਤ ਦਾ ਮਤਲਬ ਆ, ਜਿਵੇਂ ਦੇਖੋ ਵਾਹਿਗੁਰੂ 24 ਘੰਟੇ ਰੋਜ਼ ਦੇ ਰਿਹਾ, 8 ਘੰਟੇ ਆਪਾਂ ਸਿਮਰਨ ਕਰਦੇ ਹਾਂ, 8 ਘੰਟੇ ਕਿਰਤ ਕਰਦੇ ਹਾਂ, ਅਤੇ 8 ਘੰਟੇ ਰੈਸਟ ਕਰਦੇ ਹਾਂ। ਇਹੋ ਜਿਹਾ ਟਾਈਮ ਟੇਬਲ ਹੋਏ ਉਹ ਤਾਂ ਹੈਗਾ ਇੱਕ ਵਧੀਆ, ਗੁਰਮਤ ਦੇ ਅਨੁਸਾਰ ਅਤੇ ਗੁਰਮਤ ਦੇ ਅਨੁਕੂਲ ਸਾਡਾ ਟਾਈਮ ਟੇਬਲ ਆ, ਅਤੇ ਅਸੀਂ ਵਧੀਆ ਜ਼ਿੰਦਗੀ ਜੀ ਰਹੇ ਹਾਂ। ਅਤੇ ਜੇ ਅਸੀਂ 16 ਘੰਟੇ ਕੰਮ ਹੀ ਕਰੀ ਜਾਂਦੇ ਹਾਂ, 20 ਘੰਟੇ ਕੰਮ ਹੀ ਕਰੀ ਜਾਂਦੇ ਹਾਂ, ਥੱਕੇ ਟੁੱਟੇ 4 ਘੰਟੇ ਮਸਾਂ ਹੀ ਸੌਂਦੇ ਹਾਂ, ਅਤੇ ਰੱਬ ਭੁੱਲਿਆ ਹੋਇਆ ਆ। ਹੁਣ 16-17 ਘੰਟੇ ਕੰਮ ਕਰਨ ਵਾਲਾ ਬੰਦਾ ਕਿੱਥੇ ਵਾਹਿਗੁਰੂ ਦਾ ਨਾਮ ਜਪੂਗਾ? ਜਪ ਹੀ ਨਹੀਂ ਸਕਦਾ, ਉਹ ਤਾਂ ਥੱਕਾ ਟੁੱਟਾ ਆ ਕੇ ਬੈਠੂਗਾ, ਨਾਲ ਹੀ ਉਹਨੇ ਸੌਂ ਜਾਣਾ ਬੈਠਦੇ ਸਾਰ ਹੀ। ਕਿਉਂ? ਰੈਸਟ ਚਾਹੀਦੀ ਆ ਸਰੀਰ ਨੂੰ। ਔਰ ਇੰਨਾ ਮਾਇਆ ਪਿੱਛੇ ਜਦੋਂ ਅਸੀਂ ਪਾਗਲ ਹੋ ਜਾਂਦੇ ਹਾਂ, ਸਾਡੇ ਕੰਮ ਹੀ ਬਸ ਰਹਿ ਜਾਂਦੇ ਆ, ਧੰਦਿਆਂ ਜੋਗੇ ਰਹਿ ਜਾਂਦੇ ਹਾਂ ਅਸੀਂ, ਤਾਂ ਫਿਰ ਗੁਰੂ ਪਾਤਸ਼ਾਹ ਨੇ ਕਿਹਾ ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ। ਜਨਮ ਕਿਉਂ ਦਿੱਤਾ ਵਾਹਿਗੁਰੂ ਨੇ? ਕਿੰਨੇ ਜਨਮ ਦਿੱਤਾ ਸਾਨੂੰ? ਕਿਉਂ ਦਿੱਤਾ ਜਨਮ? ਵਾਹਿਗੁਰੂ ਨੂੰ ਮਿਲਣ ਵਾਸਤੇ, ਭਈ ਪ੍ਰਾਪਤ ਮਾਨਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
ਵਾਹਿਗੁਰੂ ਨੂੰ ਮਿਲਣ ਵਾਸਤੇ ਜਨਮ ਦਿੱਤਾ ਤਾਂ ਅਸੀਂ ਧੰਦੇ ਹੀ ਪਿੱਟਦੇ ਰਹਿ ਗਏ, ਕੀ ਜਵਾਬ ਜਾ ਕੇ ਦੇਵਾਂਗੇ? ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁੱਖ ਲੈ ਕੇ ਜਾਏਗਾ? ਕੀ ਮੂੰਹ ਲੈ ਕੇ ਜਾਏਗਾ? ਕੀ ਜਵਾਬ ਦੇਵੇਗਾ ਕਿ ਮੈਨੂੰ ਕੰਮ ਬਹੁਤ ਸੀ, ਮੈਂ ਕੰਮ ਕਰਨ ਗਿਆ ਸੀ ਦੁਨੀਆ 'ਤੇ? ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਈ ਪਾਈ। ਗੁਰੂ ਦੀ ਸੇਵਾ ਕਰੂੰਗਾ, ਭਗਤੀ ਦੀ ਕਮਾਈ ਕਰੂੰਗਾ, ਉੱਥੇ ਅਰਦਾਸਾਂ ਕੀਤੀਆਂ ਵਾਹਿਗੁਰੂ ਨੂੰ। ਵਾਹਿਗੁਰੂ ਖਸਮ ਸੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ। ਬੜੀਆਂ ਅਰਦਾਸਾਂ ਕੀਤੀਆਂ, ਪੁੱਠੇ ਟੰਗੇ ਹੋਏ ਸੀ, ਅਤੇ ਵਾਹਿਗੁਰੂ ਨੇ ਜਨਮ ਦਿੱਤਾ ਅਤੇ ਇੱਥੇ ਆ ਕੇ ਵਾਹਿਗੁਰੂ ਨੂੰ ਭੁੱਲ ਗਏ। ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਵਿਅਰਥ ਜਨਮ ਵੇਸਟ ਕਰ ਰਹੇ ਹਾਂ। ਸੁਖਦਾਤਾ ਮਨ ਨਾ ਵਸਾਇਆ, ਸੁੱਖਾਂ ਦਾ ਦਾਤਾ ਵਾਹਿਗੁਰੂ ਮਨ ਵਿੱਚ ਨਹੀਂ ਵਸਾਇਆ। ਵਿਚਾਰਨ ਵਾਲੀ ਗੱਲ ਤਾਂ ਇਹ ਆ, ਹਰ ਬੰਦਾ ਦੁਨੀਆ ਦਾ ਮਾਇਆ ਪਿੱਛੇ ਕਿਉਂ ਦੌੜ ਰਿਹਾ ਆ? ਮਾਇਆ ਕਿਉਂ ਕਰਦਾ ਆ? ਧੰਦਿਆਂ ਵਿੱਚ ਕਿਉਂ ਫਸਿਆ ਹੋਇਆ ਕਿ ਸੁਖੀ ਹੋ ਜਾਊਂਗਾ? ਹਰ ਬੰਦਾ ਸਮਝਦਾ ਆ ਕਿ ਮੈਂ ਬਹੁਤ ਕੰਮ ਕਰੂੰਗਾ, ਬਹੁਤ ਪੈਸਾ ਇਕੱਠਾ ਕਰ ਲਊਂਗਾ, ਬੜਾ ਅਮੀਰ ਹੋ ਜਾਊਂਗਾ, ਬੜੇ ਪਦਾਰਥ ਹੋਣਗੇ ਮੇਰੇ ਕੋਲ, ਹਰ ਸੁੱਖ ਦਾ ਸਾਧਨ ਮੇਰੇ ਕੋਲ ਹੋਊਗਾ ਅਤੇ ਮੈਂ ਸੁਖੀ ਹੋ ਜਾਊਂਗਾ। ਪਰ ਹੁੰਦਾ ਇੱਦਾਂ ਨਹੀਂ। ਹੁਣ ਦੇਖੋ ਨਾ, ਦੁਨੀਆ ਕਿੰਨੀ ਅਮੀਰ ਆ, ਸੁੱਖਾਂ ਦੇ ਸਾਧਨ ਸਭ ਕੋਲ ਆ, ਅਤੇ ਸਾਰੇ ਸੁਖੀ ਆ? ਕੀ ਸਾਰੇ ਸੁਖੀ ਆ? Mm-hmm.